मेरा नाम तेजिंदर मेहता जी, जिला प्रधान आम आदमी पार्टी पटियाला शहरी। भाई काफ़ी लंबा चिर हो गया, किसानों को डर हो जाते हैं, अभी दिल्ली सेंटर सरकार को बिटेंगे तो फिर मीटिंग देने के लिए फिर किस तरह। देखो केंद्र सरकार ने जिहड़ा लोक मारू किसान मारू जिहड़ा ऑर्डिनेंस लैके आए ने, जिहड़ा पास भी कर दिता इन्हां ने राज्य सभा ते लोक सभा दे विच, केंद्र दी सरकार नूं सोचना चाहिए सी। जदों अपने ग्रीन रेवोल्यूशन की शुरुआत हुई है तां पंजाब पहली स्टेट सी जिन्हें सब तो पहला अपने देश दे हर एक वर्ग का जिहड़ा ढिड भरिया, हरित क्रांति दे विच सब तो मोहरी जिहड़ा योगदान दिता। अज जदों भारत दियां साडे देश दियां जरूरतां पूरियां हो गईयां तां अज किसान जिथे स्वामीनाथन रिपोर्ट उन्हां दी लागू होनी चाहीदी सी ते उत्थे उन्हां नूं अज प्राइवेट कंपनियां दे मोहरे प्लेट च सजा के देते कि तुसीं हुण किसानां नाल जिवें मर्जी जागती कर सकदे हो। मीटिंग बुलाना चाहिदा जी, अज दी जिहड़ी मीटिंग सी देखो इहदे विच जिहड़ी मीटिंग दे विच सरकारी अमला जिहड़ा उत्थे भेजा गया, ना तां मोदी साहब दे कोई मंत्री उत्थे पहुंचे ते ना ही मोदी साहब खुद। दूजे पासे पंजाब दी जिहड़ी इन्हां दी बीजेपी दी संगठन मंत्री ने अज उरे प्रेस कॉन्फ्रेंस करके जिमीदार किसान भरावां नूं जागरूक करन दी कोशिश कर रहे हैं कि ऑर्डिनेंस जिहड़ा उन्हां दे पक्ष दा, इहदे विच जिहड़ा किसानां दा इक्को ही जिहड़ी उन्हां नूं डर है जिहड़ा उन्हां नूं जाप रहा है कि जेकर कल नूं जदों ऑर्डिनेंस पास हो जांदे ने इह लागू हो जांदे ने ਤਾਂ ਜਿਹੜੀ ਇਹਨਾਂ ਦੀ MSP ਹੈ ਘੱਟੋ ਘੱਟ ਖਰੀਦ ਮੁੱਲ ਜਿਹੜਾ ਹੈ ਉਹ ਇਹਨਾਂ ਦਾ ਜਿਹੜਾ ਇਹਨਾਂ ਨੂੰ ਨਹੀਂ ਮਿਲੂਗਾ ਅਤੇ ਉਹਨੂੰ ਬੰਦ ਕਰ ਦਿੱਤਾ ਜਾਊਗਾ। ਇਹੀ ਅੱਜ ਮੰਗਾਂ ਲੈ ਕੇ ਉੱਥੇ ਸੁਣਨ ਗਏ ਸੀ ਜਿੱਥੇ ਸਰਕਾਰੀ ਅਮਲੇ ਨੇ ਇਹਨਾਂ ਨੂੰ ਆਪਣੇ ਕਾਨੂੰਨ ਪੜਾ ਕੇ ਉੱਥੋਂ ਤੋੜ ਦਿੱਤਾ, ਜਦੋਂ ਕਿ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਸੀ। ਤਾਂ ਉਹ ਵਾਲੀ ਜਿਹੜੀ ਮੈਨੂੰ ਨਹੀਂ ਲੱਗਦਾ ਕਿ ਮੋਦੀ ਸਰਕਾਰ ਆਪਣੀ ਜਿਹੜੀ ਗੱਲਾਂ 'ਤੇ ਖਰਾ ਉਤਰ ਰਹੀ ਹੈ। ਇੱਕ ਪਿੱਛੇ ਦੇ ਬੇਟੇ ਨੇ ਪੰਜਾਬ ਦੇ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮ ਨੇ ਹਮਲਾ ਕੀਤਾ ਜੋ ਚਲੋ ਜੈਡ ਸਕੋਡੀ ਵਾਸਤੇ ਜਾਂ ਪੰਜਾਬ ਦੇ BJP ਆਪਣਾ ਆਧਾਰ ਖੋ ਚੁੱਕੀ, ਉਸ ਕਰਕੇ ਇਲੈਕਸ਼ਨ ਵਿੱਚ ਜਾਂ ਕੋਈ ਹੋਰ ਕਹਿਣਾ ਕਾਂਗਰਸ ਬਦਨਾਮ ਕਰਨ ਦਾ। ਦੇਖੋ BJP ਪੰਜਾਬ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਜਦੋਂ ਵੀ ਇਹਨਾਂ ਦਾ ਪੰਜਾਬ ਦਾ ਕੋਈ ਪ੍ਰਧਾਨ ਬਣਦਾ ਤਾਂ ਇੱਕ ਅੱਧਾ ਇਹਨਾਂ ਦੇ ਉੱਪਰ ਹਮਲਾ ਹੋ ਜਾਂਦਾ ਹੁੰਦਾ। ਤਾਂ ਇਹ ਇੱਕ ਜ਼ਰੂਰ ਵਿਸ਼ਾ ਹੈ ਕਿ ਜਿਹੜੀਆਂ ਏਜੰਸੀਆਂ ਨੇ ਭਾਲ ਕਰਨਗੇ ਕਿਹਨਾਂ ਨੇ ਇਹ 'ਤੇ ਹਮਲਾ ਕਰਾਇਆ, ਅਤੇ ਦੂਜਾ ਇਹ ਜਿਹੜਾ ਹਮਲਾ ਵੀ ਨਿੰਦਣਯੋਗ ਹੈ, ਐਂ ਤੁਸੀਂ ਕਿਸੇ ਵੀ ਵਿਅਕਤੀ ਦੇ ਉੱਪਰ ਹਮਲਾ ਕਰਨਾ ਜਿਹੜੀ ਮਾੜੀ ਗੱਲ ਹੈ। ਜੇਕਰ ਇਹ ਇਹੋ ਜਿਹਾ ਔਰਡੀਨੈਂਸ ਨਾ ਲੈ ਕੇ ਆਉਂਦੇ ਤਾਂ ਲੋਕਾਂ ਦੇ ਵਿੱਚ ਜਿਹੜਾ ਗੁਬਾਰ ਹੈ ਉਹ ਇਸ ਤਰ੍ਹਾਂ ਨਾ ਨਿਕਲਦਾ। ਤਾਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਕਿ ਜਿਹੜੇ ਵੀ ਇਹਦੇ ਵਿੱਚ ਸ਼ਾਮਲ ਨੇ ਇਸ ਹਮਲੇ ਦੇ ਵਿੱਚ ਉਹਨਾਂ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ। ਇਕੱਲੇ ਕਹਿਣਾ ਮਤਲਬ ਕਿ ਜਿਹੜੀ ਕਾਂਗਰਸ ਪਾਰਟੀ ਦੇ BJP ਦਾ ਕਿਸਾਨਾਂ ਦੇ ਜਿਹੜੇ ਵਿੱਚ ਸੇਮ ਮੈਚ ਫਿਕਸ ਆ, ਇਹਦੇ ਵਿੱਚ ਤਿੰਨੋਂ ਹੀ ਪਾਰਟੀਆਂ ਰਲੀਆਂ ਹੋਈਆਂ ਨੇ। ਜੇ ਆਪਾਂ ਗੱਲ ਕਰ ਲਈਏ ਅਕਾਲੀ ਦਲ ਦੀ ਤਾਂ 2014 ਦੇ ਵਿੱਚ ਇਹਨਾਂ ਨੇ ਔਰਡੀਨੈਂਸ ਦੀ ਸਪੋਰਟ ਕੀਤੀ ਸੀ। ਜਿਹੜੇ ਸਾਈਲੋ ਬਣੇ ਨੇ ਕਿਹੜਾ ਅੱਜ ਦੇ ਬਣ ਗਏ, ਸੁਖਬੀਰ ਬਾਦਲ ਜੀ ਨੇ ਆਪ ਇਹਨਾਂ ਸਾਈਲੋਆਂ ਦਾ ਉਦਘਾਟਨ ਕੀਤੇ ਨੇ। ਉਸ ਤੋਂ ਬਾਅਦ ਜਦੋਂ ਆ ਔਰਡੀਨੈਂਸ ਦੇ ਉੱਪਰ ਚਰਚਾ ਚੱਲ ਰਹੀ ਸੀ ਤਾਂ ਪੰਜਾਬ ਦੇ ਸਾਡੇ ਚੀਫ ਮਿਨਿਸਟਰ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਉਸ ਜਿਹੜੀ ਇੱਕ ਇਹਨਾਂ ਨੇ ਸੰਗਠਨ ਕੀਤਾ ਸੀਗਾ, ਕਮੇਟੀ ਬਣਾਈ ਸੀ, ਉਸ ਕਮੇਟੀ ਦੇ ਵਿੱਚ ਆਪ ਹੀ ਮੈਂਬਰ ਸਨ ਅਤੇ ਇਹਨਾਂ ਦੇ ਹਰਿਆਣਾ ਦੇ ਜਿਹੜੇ ਉੱਥੋਂ ਦੇ ਹਰਿਆਣਾ ਦੇ ਪ੍ਰਧਾਨ ਨੇ ਹੁੱਡਾ ਸਾਹਿਬ ਉਹ ਉਹਨੂੰ ਚੇਅਰ ਕਰ ਰਹੇ ਸੀਗੇ ਜੀ ਕੁਰਸੀ ਨੂੰ। ਅਤੇ ਇਹ ਸਾਰਿਆਂ ਨੂੰ ਇਸ ਬਿੱਲ ਬਾਰੇ ਪਤਾ ਸੀ। ਅੱਜ ਸਿਰਫ ਕਿਸਾਨਾਂ ਦੀ ਵੋਟ ਦੇ ਚੱਕਰ 'ਚ ਵੀ ਕਿਤੇ ਹੱਥੋਂ ਖਿਸਕ ਨਾ ਜਾਏ, ਇਸ ਕਰਕੇ ਜੇ ਆਪਾਂ ਗੱਲ ਕਰ ਲਈਏ ਜਿਹੜੀ ਇੱਕ ਕਮੇਟੀ ਬਣੀ ਸੀ ਜਿਨ੍ਹਾਂ ਨੇ ਇਹਨਾਂ ਬਿੱਲਾਂ ਦੇ ਉੱਪਰ ਡਿਸਕਸ ਕਰਕੇ ਇਹਨਾਂ ਨੂੰ ਲਾਗੂ ਕਰਵਾਉਣਾ ਸੀ, ਉਹਦੇ ਵਿੱਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਸੀਗੇ ਮੈਂਬਰ ਅਤੇ ਕਮੇਟੀ ਨੂੰ ਹੈੱਡ ਕਰ ਰਹੇ ਸੀਗੇ ਜੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਜੀ, ਜਿਨ੍ਹਾਂ ਨੇ ਬਿੱਲ ਨੂੰ ਪੂਰੀ ਤਰ੍ਹਾਂ ਤਿਆਰ ਕਰਾ ਕੇ ਫਾਈਨਲ ਕਰਕੇ ਭਾਜਪਾ ਸਰਕਾਰ ਨੂੰ ਦਿੱਤਾ ਅਤੇ ਲਾਗੂ ਕਰਵਾਉਣ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ। ਜਦੋਂ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਜ਼ਿਮੀਦਾਰਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਵੋਟਾਂ ਇਹਨਾਂ ਤੋਂ ਖਿਸਕਦੀਆਂ ਦਿਖੀਆਂ ਤਾਂ ਇਹਨਾਂ ਨੇ ਆਪਣੇ ਜਿਹੜੇ ਪੈਰ ਪਿੱਛੇ ਵੱਟ ਲਏ ਅਤੇ ਇਸ ਬਿੱਲ ਦੇ ਵਿੱਚ ਸਪੋਰਟ ਤੋਂ ਮੁੱਕਰ ਗਏ। ਇੱਦਾਂ ਹੀ ਗੱਲ ਕਰ ਲਈਏ ਆਪਾਂ ਅਕਾਲੀ ਦਲ ਦੀ, ਬੀਬਾ ਹਰਸਿਮਰਤ ਕੌਰ ਬਾਦਲ ਆਖਰੀ ਟਾਈਮ ਤੱਕ ਇਸ ਬਿੱਲ ਦੀ ਜਿਹੜੀ ਤਾਰੀਫ ਕਰਦੇ ਰਹੇ ਨੇ ਔਰ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਜਿਹੜੇ ਕਿਸਾਨ ਮਜ਼ਦੂਰ ਲੋਕ ਨੇ ਇਹ ਇਹਨਾਂ ਦੇ ਖਿਲਾਫ਼ ਨੇ ਤਾਂ ਇਹਨਾਂ ਨੇ ਆਪਣਾ ਅਸਤੀਫਾ ਦੇ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਜਨਤਾ ਇਹਨਾਂ ਨੂੰ ਸਬਕ ਸਿਖਾਊਗੀ। ਅਤੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਉਰੇ ਸੰਗਠਨ ਜਿਹੜੇ ਭਾਜਪਾ ਦੇ ਇੱਕ ਨੁਮਾਇੰਦੇ ਨੇ
वो इस बिल नूं बड़े जोर शोर दे नाल तवज्जो दे रहे हैं कि बिल जिहड़ा बहुत फायदेमंद होगा। तो मेरी बेनती है कि भाजपा के लोग बिल नूं चंगी तरह पढ़न, उस तों बाद आके किसानां दे विच विचरन ते उहनां नूं समझाउण। एक वीडियो कॉन्फ्रेंस राही तुसीं समझाओगे, जिमीदारां नूं समझ नहीं आउणा, तुहानूं आप पिंडां दे विच जाणा पैणा। ਜਦੋਂ ਪਿੰਡਾਂ ਦੇ ਲੋਕ ਤੁਹਾਡੀ ਇਹ ਗੱਲਾਂ ਸਮਝਣਗੇ, ਉਸ ਤੋਂ ਬਾਅਦ ਹੀ ਅਸੀਂ ਸਮਝਾਂਗੇ ਕਿ ਬਿੱਲ ਤੁਹਾਡਾ ਤੰਦਰ ਹੈ। ਕਿੰਨਾ ਵਜੇ ਉਹਨਾਂ? ਨੀਰਜ ਸ਼ਰਮਾ, ਸਟੇਟ ਆਫਿਸ ਸੈਕਟਰੀ, ਭਾਰਤੀ ਜਨਤਾ ਯੂਥ ਵਿੰਗ ਪੰਜਾਬ। ਬੀਜੇਪੀ ਸਿਰਫ ਆਪਣੀ ਸਿਕਿਉਰਿਟੀ ਲਈ ਹਾਈ ਵੋਲਟ ਡਰਾਮਾ ਕਰਨ ਦੀ ਕੀ ਲੋੜ ਆ? ਪੰਜਾਬ ਪ੍ਰਧਾਨ ਦੇ ਹਮਲਾ ਆ, ਕੋਈ ਵੀਡੀਓ ਜਿਹਨੇ ਕੁਛ ਨੇ ਕੀ ਕਰਨ ਦੇ ਜੈਟ ਸਿਕਿਉਰਿਟੀ ਵਾਸਤੇ? ਦੇਖੋ, ਪਹਿਲੇ ਸਾਰਾ ਕੁਛ ਜੋ ਹੈ ਉਹਦੇ 'ਚ ਆ ਹੀ ਗਿਆ, ਜਿਹੜਾ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਹੈ ਕਿ ਇਸ ਤਰ੍ਹਾਂ ਗੱਡੀ ਟੁੱਟ ਰਹੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਸਿਕਿਉਰਿਟੀ ਤਾਂ ਪਹਿਲੀ ਉਹਨਾਂ ਕੋਲ ਹੈਗੀ ਹੈ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈਗੀ ਹੈ। ਅਤੇ ਭਾਜਪਾ ਦਾ ਤਾਂ ਕੋਈ ਵੀ ਵਰਕਰ ਹੈ, ਕੋਈ ਵੀ ਲੀਡਰ ਹੈ, ਉਸਨੂੰ ਕੋਈ ਸਿਕਿਉਰਿਟੀ ਲੋੜ ਨਹੀਂ ਹੈ, ਕਿਉਂਕਿ ਉਹ ਜਨਤਾ ਦਾ ਜਿਹੜਾ ਹੈਗਾ ਹਰਮਨ ਪਿਆਰੇ ਆ ਸਾਰੇ। ਤੁਸੀਂ ਕਾਂਗਰਸ ਐਲੀਗੇਸ਼ਨ ਕਿਸ ਪ੍ਰੂਫ ਤੋਂ ਕੇ ਲਾ ਰਹੇ ਹੋ? ਦੇਖੋ, ਕਾਂਗਰਸ ਦਾ ਸਾਫ਼ ਦਿਖ ਰਿਹਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਅਸ਼ਵਨੀ ਸ਼ਰਮਾ ਜੀ ਸਾਡੇ ਪ੍ਰਦੇਸ਼ ਅਧਿਆਕਸ਼ ਨੇ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਬਕਾਇਦਾ ਦਰਜ ਕਰਾਇਆ ਕਿ ਉੱਥੇ ਜਿਸ ਟਾਈਮ ਇਹ ਘਟਨਾ ਹੋਈ, ਉਸ ਘਟਨਾ ਦੇ ਟਾਈਮ ਜਦੋਂ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਗੱਡੀ ਦੇ ਉੱਪਰ ਉਹਨਾਂ ਨੇ ਯੂਥ ਕਾਂਗਰਸ ਦਾ ਸਟਿੱਕਰ ਲੱਗਿਆ ਹੋਇਆ ਵੀ ਦੇਖਿਆ। ਦੂਸਰੀ ਗੱਲ, ਜਿਸ 'ਤੇ ਅਸੀਂ ਜਿਸ ਮੇਨ ਉਸ 'ਤੇ ਐਲੀਗੇਸ਼ਨ ਅਸੀਂ ਕਰ ਰਹੇ ਹਾਂ, ਜਿਹੜਾ ਅੰਮ੍ਰਿਤਸਰ ਔਰ ਲੁਧਿਆਣੇ ਜਿਹੜਾ ਹਮਲਾ ਹੋਇਆ, ਕਿਆ ਉੱਥੇ ਕਿਸਾਨ ਸੀਗੇ? ਉੱਥੇ ਸਾਰੇ ਸਾਰੇ ਯੂਥ ਕਾਂਗਰਸ ਦੇ ਹੀ ਕਾਰਜਕਰਤਾ ਸੀਗੇ ਜਿਨ੍ਹਾਂ ਨੇ ਆਫਿਸ ਨੂੰ ਅੱਗ ਲਾਉਣ ਤੱਕ ਕੋਸ਼ਿਸ਼ ਕੀਤੀ। ਇਹ ਸਾਫ਼ ਉੱਥੇ ਫੋਟੋਆਂ ਦੇ ਵਿੱਚ ਜਗ ਜਾਹਿਰ ਹੈ। ਤੁਸੀਂ ਕਹੋਗੇ ਤਾਂ ਮੈਂ ਹੁਣੀ ਤੁਹਾਨੂੰ ਫੋਟੋਆਂ ਵੀ ਦਿਖਾ ਦਾਂਗਾ, ਤੁਹਾਨੂੰ ਭੇਜ ਵੀ ਦਊਂਗਾ। ਔਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਦਾ ਮਤਲਬ ਜਿਹੜਾ ਇਹਨਾਂ ਦਾ ਮਤਲਬ ਹੈਗਾ, ਉਹ ਕਿਸਾਨਾਂ ਨੂੰ ਬਦਨਾਮ ਕਰਨ ਦਾ, ਕਿਸਾਨਾਂ ਨੂੰ ਭੜਕਾਉਣ ਦਾ ਹੈ। ਉਹ ਕਾਰਨ ਕੀ ਹੈ? ਕਿਉਂਕਿ ਇਹ ਜਿਹੜੇ 4 ਸਾਲ ਕੈਪਟਨ ਸਰਕਾਰ ਦੇ ਗਏ ਨੇ, 4 ਸਾਲ ਦੇ ਵਿੱਚ ਇਹਨਾਂ ਨੂੰ ਕੰਮ ਤਾਂ ਕੁਛ ਹੋਇਆ ਨਹੀਂ, ਕੋਈ ਇਹਨਾਂ ਨੇ ਵਾਅਦਾ ਪੂਰਾ ਨਹੀਂ ਕਰਿਆ, ਕੋਈ ਘਰ ਘਰ ਨੌਕਰੀ ਨਹੀਂ ਦਿੱਤੀ, ਕੋਈ ਨਸ਼ਾ ਨਹੀਂ ਖਤਮ ਕੀਤਾ, ਕੋਈ ਪੈਨਸ਼ਨ ਨਹੀਂ ਲਗਾਈ। ਤੁਹਾਡੇ ਬੀਜੇਪੀ ਨੇ ਦਿੱਲੀ 'ਚ ਕੀ ਕਰ ਲਿਆ? ਤੁਹਾਡੇ ਬੀਜੇਪੀ ਨੇ ਪੰਜਾਬ ਇੰਡੀਆ ਵਾਸਤੇ ਕੀ ਕੀਤਾ? ਬੀਜੇਪੀ ਨੇ ਸਾਰੇ ਰੁਜ਼ਗਾਰ ਕਿੰਨਾ ਖਤਮ ਕੀਤਾ ਦੱਸੋ, ਪੰਜਾਬ ਕਨੇ ਕਿੰਨਾ ਧਿਆਨ ਆ? 103 ਸਕੀਮਾਂ ਜਿਹੜੀ ਪੰਜਾਬ ਲਈ ਦੀ, ਪੰਜਾਬ ਲਈ ਕਿਉਂ ਪਰਚੇ ਨਾ ਕੀਤਾ ਰਿਹਾ, ਕਿਉਂ ਕਿਸਾਨਾਂ ਨੂੰ ਮਾਰ ਮਾਰੀ ਜਾ ਰਹੀ ਬੀਜੇਪੀ ਵੱਲੋਂ? ਜਿਹੜਾ ਕਿਸਾਨਾਂ ਦੀ ਮੁੱਦਾ ਹੈਗਾ, ਉਹ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਅੱਜ ਵੀ ਉੱਥੇ ਬੁਲਾਇਆ ਹੋਇਆ, ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ, ਕੇਂਦਰ ਸਰਕਾਰ ਬਹੁਤ ਗੰਭੀਰ ਹੈ ਇਸ ਮੁੱਦੇ 'ਤੇ। ਮੈਂ ਜਿਹੜੀ ਪਹਿਲੇ ਗੱਲ ਕਹਿ ਰਿਹਾ ਸੀ, ਮੈਂ ਉਹ ਗੱਲ ਆਪਣੀ ਪੂਰੀ ਕਰਦਾ ਕਿ ਯੂਥ ਕਾਂਗਰਸ ਜਾਂ ਕਾਂਗਰਸ ਦਾ ਮਤਲਬ ਕੀ ਹੈ, ਉਹਨਾਂ ਦੀ ਗੱਲਾਂ, ਉਹਨਾਂ ਦੇ ਜਿਹੜਾ ਪ੍ਰੋਟੈਸਟ ਉਹ ਹੀ ਪਤਾ ਲੱਗਦਾ ਹੈ। ਤੁਸੀਂ ਦੇਖਿਆ ਹੋਏਗਾ ਉਹਨਾਂ ਨੇ ਟਰੈਕਟਰ ਸਾੜੇ 2 ਥਾਵਾਂ 'ਤੇ, ਟਰੈਕਟਰ ਸਾੜਨ ਦਾ ਕੀ ਮਤਲਬ ਹੈ? ਕਿਆ ਉਹ ਭੜਕਾਉਣਾ ਚਾਹੁੰਦੇ ਨੇ ਕਿਸਾਨਾਂ ਨੂੰ ਕਿ ਆਪਣੇ ਟਰੈਕਟਰ ਸਾੜੋ ਤੁਸੀਂ ਸਾਰੇ ਲੋਕ, ਦੂਸਰੀ ਗੱਡੀਆਂ ਨੂੰ ਅੱਗ ਲਗਾਓ ਤੁਸੀਂ? ਕਿਆ ਬੀਜੇਪੀ ਦਫ਼ਤਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਆ? ਕਿਆ ਉਹ ਭੜਕਾਉਣਾ ਚਾਹੁੰਦੇ ਆ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਕਿ ਬੀਜੇਪੀ ਦੇ ਦਫ਼ਤਰ ਨੂੰ ਅੱਗ ਲਾਓ? ਜਦੋਂ ਇਹਨਾਂ ਦੇ 2 ਜਿਹੜੇ ਪਲਾਨ ਫੇਲ ਹੋ ਗਏ, ਲੋਕਾਂ ਨੇ ਕਿਸਾਨਾਂ ਨੇ ਨਕਾਰ ਦਿੱਤਾ ਇਹਨਾਂ ਨੂੰ, ਉਸ ਟਾਈਮ ਇਹਨਾਂ ਨੇ ਤੀਸਰਾ, ਇਹਨਾਂ ਨੇ ਇਹ ਜਿਹੜਾ ਪਰਸੋਂ ਮੰਦਭਾਗੀ ਘਟਨਾ ਇਹਨਾਂ ਨੇ ਕੀਤੀ ਹੈ, ਘਟੀਆ ਹਰਕਤ ਕੀਤੀ ਹੈ ਇਹਨਾਂ ਨੇ, ਸਾਡੇ ਪੰਜਾਬ ਪ੍ਰਧਾਨ, ਸਾਡੇ ਬੀਜੇਪੀ ਦੇ ਕਾਰਜਕਰਤਾ, ਹਰ ਇੱਕ ਕਾਰਜਕਰਤਾ 'ਤੇ ਅਸੀਂ ਇਸ ਨੂੰ ਹਮਲਾ ਮੰਨਦੇ ਹਾਂ। ਉਸ ਤੋਂ ਸਾਫ਼ ਜ਼ਾਹਿਰ ਹੋ ਗਿਆ ਕਿ ਕਾਂਗਰਸ ਸਰਕਾਰ ਆਪਣੀ 4 ਸਾਲ ਦੀ ਨਾਕਾਮੀ ਨੂੰ ਲੁਕਾਉਣ ਦੇ ਲਈ ਇਹ ਸਾਰਾ ਡਰਾਮਾ ਰਚ ਰਹੀ ਹੈ। ਥੋੜੇ ਬੀਜੇਪੀ ਪਿੱਛੇ ਪ੍ਰਧਾਨ ਦਾ ਬੈਨ ਹੈ, ਕੋਈ ਬੀਜੇਪੀ ਵਰਕਰ ਕੁਛ ਵੀ ਹੱਥ ਮਿਲਾਊਗਾ ਉਹਨੂੰ ਸਟੈਚਰ ਦੇ ਲੱਤਾਂ ਤੋੜ ਕੇ ਪਾਈਆ, ਹੁਣ ਕਿੱਥੇ ਬੀਜੇਪੀ ਨੇ ਕੀ ਚੋੜੀਆਂ ਪਾ ਲਈ ਆ? ਨਹੀਂ, ਐਸਾ ਨਹੀਂ ਹੈ, ਸਾਡੀ ਪਾਰਟੀ ਦੇ ਸੰਸਕਾਰ ਨੇ ਆਪਣੇ, ਅਸੀਂ ਜਿਹੜੇ ਆਪਣੀ ਪਾਰਟੀ ਦੇ ਸੰਸਕਾਰਾਂ ਦੇ ਹਿਸਾਬ ਨਾਲ ਚੱਲਦੇ ਹਾਂ। ਬੀਜੇਪੀ ਜਿੰਨੇ ਵੀ ਅਸੀਂ ਧਰਨੇ, ਜਿੰਨੇ ਵੀ ਅਸੀਂ ਪ੍ਰੋਟੈਸਟ ਕਰਦੇ ਹਾਂ, ਸ਼ਾਂਤਮਈ ਕਰਦੇ ਹਾਂ, ਅਸੀਂ ਇਹਨਾਂ ਵਾਂਗ ਗੁੰਡਾਗਰਦੀ ਨਹੀਂ ਕਰਦੇ। ਇਹਨਾਂ ਦੇ ਕੋਈ ਗੁੰਡਾਗਰਦੀ ਨਹੀਂ, ਮਤਲਬ ਕਿਦਾਂ ਧਮਕੀ ਮੰਨੀ ਜਾਈਏ? ਨਹੀਂ, ਕੋਈ ਧਮਕੀ ਨਹੀਂ ਹੈ ਇਸ, ਅਸੀਂ ਤਾਂ ਸ਼ਾਂਤਮਈ ਸਾਰੇ। ਬੀਜੇਪੀ ਪ੍ਰਧਾਨ ਦਾ ਬਿਆਨ ਆਇਆ ਸੀ ਪਿੱਛੇ ਜੀ ਕਿ ਬੀਜੇਪੀ ਦੇ ਕੋਈ ਹਮਲਾ ਕਰੂਗਾ ਉਹਨੂੰ ਸਟੈਚਰ ਦੇ ਲੱਤਾਂ ਰੁਕੇ ਪਾਏ। ਐਸਾ ਕੋਈ ਬਿਆਨ ਅਸੀਂ ਨਹੀਂ ਸੁਣਿਆ ਹੈਗਾ ਜਿਸ 'ਚ ਐਸਾ ਕੁਛ ਕਿਹਾ ਹੋਵੇ। ਠੀਕ ਹੈ, ਕੋਈ ਪ੍ਰਤੀਕਿਰਿਆ ਥੋੜ੍ਹੀ ਗਰਮ ਆਉਂਦੀ ਹੈ, ਕਿਉਂਕਿ ਅਗਰ ਇਸ ਤਰ੍ਹਾਂ ਸਾਡੇ 'ਤੇ ਹਮਲੇ ਹੁੰਦੇ ਰਹਿਣਗੇ ਫਿਰ ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਆਪਣੇ ਪਾਰਟੀ ਦੇ ਜਿਸ ਤਰ੍ਹਾਂ ਸਾਨੂੰ ਆਦੇਸ਼ ਆਉਣਗੇ ਉਸ ਤਰੀਕੇ ਨਾਲ ਪ੍ਰੋਟੈਸਟ ਅਸੀਂ ਕਰਾਂਗੇ ਔਰ ਪੁਰਜ਼ੋਰ ਪ੍ਰੋਟੈਸਟ ਕਰਾਂਗੇ, ਸ਼ਾਂਤ ਨਹੀਂ ਬੈਠਾਂਗੇ। ਕਾਂਗਰਸ ਪਾਰਟੀ ਦਾ ਇਹ ਕਹਿਣਾ ਸਿਰਫ ਪੰਜਾਬ ਦੇ ਇਲੈਕਸ਼ਨਾਂ ਤਾਂ ਸਿਰਗਰਮ ਹੋ ਰਹੇ ਆ ਔਰ ਕੋਈ ਟੋਪਿਕ ਨਹੀਂ, ਕੋਈ ਵਿਕਾਸ ਤੋਂ ਕੋਈ ਮੁੱਦੇ ਨਹੀਂ, ਕਿਸਾਨਾਂ ਦੇ ਮੁੱਦੇ ਅੱਗੇ ਆਉਣਾ ਚਾਹੁੰਦੇ ਆ। ਇਹ ਤਾਂ ਕਾਂਗਰਸ ਦਾ ਉਹੀ ਉਹੀ ਗੱਲ ਹੈ, ਇਹ ਕਾਂਗਰਸ ਇਹ ਚੀਜ਼ ਚਾਹੁੰਦੀ ਹੈ ਕਿ ਉਹਨਾਂ ਨੇ 4 ਸਾਲ 'ਚ ਕੁਛ ਕੀਤਾ ਹੀ ਨਹੀਂ, ਤਾਂ ਉਹ ਆਪਣੇ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਇਸ ਤਰ੍ਹਾਂ ਦੇ ਪ੍ਰੋਪਗੈਂਡੇ ਰਚ ਰਹੀ ਹੈ ਜਿਸ ਨਾਲ ਕਿ ਕੇਂਦਰ ਸਰਕਾਰ ਬਦਨਾਮ ਹੋਵੇ, ਭਾਜਪਾ ਬਦਨਾਮ ਹੋਵੇ। ਉਹ ਚਾਹੁੰਦੀ ਨਹੀਂ ਕਿ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਆਪਸੀ ਸਹਿਮਤੀ ਬਣੇ। ਉਹ ਤੇ ਆਮ ਆਦਮੀ ਪਾਰਟੀ ਦੇ ਕਹਿੰਦੇ ਕਾਂਗਰਸ ਅਤੇ ਬੀਜੇਪੀ ਦਾ ਆਪਣਾ ਫਿਕਸ ਮੈਚ ਆ,
क्योंकि आने वाली सरकार कांग्रेस आम वाली पार्टी पंजाब जाए सिर्फ पार्टी ने बदनाम कर देखो ये तो सारे नु पता ही है जी आम आदमी पार्टी है वो कांग्रेस की बी टीम है ये पिछले इलेक्शन च भी ये साबित हो गया कि वो कांग्रेस की बी टीम है तो इस कोई दो राय नहीं है कि उन्होंने कोई किसी किस्म का उसनु कोई काम किया होने और तुहानू देखिया ही है किस तरह उन्होंने अपने लीडर दरकिनार किया और उन्होंने जेडे पंजाब प्रधान ने भगवंत मान जी उन्हां बारे तो हुण की कह सकते सब नू पता ही है उन्हां दी वीडियोज़ पिछे पत्रकारां नाल भी किस तरह उन्होंने बदतमीजी की इस तरह के लीडर क्या पंजाब नू संभाल पाणगे क्या आपां लगता है कि इस तरह के लीडर क्या आने वाले टाइम पर पंजाब नू तरक्की दे राह ते लेके जाणगे ये हो सकता है जिहड़ा इंसान पत्रकार जिहड़ा कि लोकतंत्र विच चौथा स्तंभ है उहदे नाल बदतमीजी नाल इन्नी गल कर सकता है स्टेजां ते अपनी कसमां खा के भी शराब नू नहीं छड सकदे उस तरह के लीडर तो की उम्मीद की जा सकती है क्या वो पंजाब का किसी किस्म का भी भला करेंगे इसी आप सारी जनता सोच सकते अभी पंजाब सरकार को यह चेतावनी देना चाहते हैं कि जल्द तो जल्द जेडे इस कांड के दोषी सके उन्होंने गिरफ्तार किया जाए नहीं तो भारतीय जनता युवा मोर्चा पंजाब वालों एक बहुत बड़ा अंदोलन इस चलाया जाएगा असी इस चीज़ से चुप बैठने वाले नहीं हाँ ते इस चीज़ को जल्द तो जल्द जेड़े है दोषियों को फड़िया जाए कि सर उधम सिंह कंबोज वाइस चेयरमैन कंबोज बैठक बोर्ड पंजाब जे बीजेपी के पंजाब प्रधान के परस बीते दिन हमला होया किस तरह दे स्टंट हमला के कारण बदनाम करने गल की जा रही है बीजेपी का जोड़ा हमला होया वो बीजेपी कोई मतलब है नहीं सी पंजाब एजिटेशन काउंटर बीजेपी एक पिछड़ पिछड़ी हुई जिहड़ी पार्टी उहदे पंजाब दे विच चल रही सी बीजेपी ने यह परापे टंडा अपने आप अपने वर्करां नूं करके बीजेपी ने चाल खेली है कि साडे कोल मसला कोई है नहीं पंजाब दे विच इस करके हमला अपने आप करा के अपने गुंडियां दा हमला करा के आर एस एस की जिहड़ी नीति है आर एस एस की नीति यह है भी जिहड़ी पंजाब दे विच जां किते भी मतलब होवा जे कि कोई गल नहीं होंगी तो अपने बंद हमले करा के एक एजुटेशन छेड़ना चाहती थी बीजेपी ने छेड़ चुकी किस तरह देखते हो जी कांग्रेस पार्टी ने वो कहने यूथ कांग्रेस के बंद पिछले गड्डी से स्टिकर लगे यूथ कांग्रेस की गड्डी का किस तरह देखते हो नहीं सवाल तो यही गल है भी कोई भी बंदा किसी तरह की मतलब जो पहला भी ये करते रहे टोपियां पहन के हिंदू सुरक्षा समिति के बंदे आर एस एस के बंदे मुसलमानों जो मतलब वो टरने धक्केशाइया टरनियाँ तो जदों टोपियां तार के मुसलमानों दियाँ आप तरपाना लेके उन्होंने कहना भी हाँ भी साढ़े हमला कर रहे मतलब होगा आर एस एस की नीति वो ये है भी किसी ना किसी पार्टी को बदनाम करके स्टिकर ला के उन्होंने बदनाम करके अपनी एजुटेशन छेड़नी किसानों की दिल्ली सेंटर मीटिंग से मीटिंग मंत्री ने मिले उत्तर एम पी किस तरह दे ये सानू जदों किसानों को वैसे बहुत ही मंदभागा होया ਇਹਦੀ ਅਸੀਂ ਨਖੇਧੀ ਕਰਦੇ ਹਾਂ ਮੇਰੀ ਪਾਰਟੀ ਵੱਲੋਂ ਅਤੇ ਮੇਰੇ ਮੈਂ ਆਪਣੇ ਚੇਅਰਮੈਨ ਵੱਲੋਂ ਅਤੇ ਮੈਂ ਇਹਦੀ ਨਖੇਧੀ ਕਰਦਾ ਕਿਉਂਕਿ ਜਦੋਂ ਇਹ ਲੈਟਰ ਆਇਆ ਪਹਿਲਾਂ ਵੀ ਲੈਟਰ ਆਇਆ ਸੀ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਸੀ ਅੱਜ ਵੀ ਜਿਹੜਾ ਲੈਟਰ ਇਹਨਾਂ ਨੂੰ ਬੁਲਾਇਆ ਗਿਆ ਮੀਟਿੰਗ ਉੱਤੇ ਬੁਲਾਇਆ ਗਿਆ ਸਾਨੂੰ ਪਹਿਲਾਂ ਪਤਾ ਸੀ ਇਹ ਜਿਹੜਾ ਕਿਸਾਨਾਂ ਨਾਲ ਮਜ਼ਾਕ ਹੋਣਾ ਕਿਸੇ ਮੰਤਰੀ ਨੇ ਕਿਸੇ ਨੇ ਕੋਈ ਲੈਟਰ ਨਹੀਂ ਭੇਜਿਆ ਨਾ ਕਿ ਕਿਸੇ ਮੰਤਰੀ ਨੇ ਇਹਨਾਂ ਨੂੰ ਬੁਲਾਉਣਾ ਸੀ ਨਾ ਬੁਲਾਇਆ ਉੱਥੇ ਕੋਈ ਵੀ ਮੰਤਰੀ ਨਹੀਂ ਪਹੁੰਚਿਆ ਇੱਕ ਮਤਲਬ ਜਿਹੜਾ ਸੈਕਟਰੀ ਆ ਉੱਥੇ ਬੋਲ ਕਰਕੇ ਕਿਸਾਨਾਂ ਨੂੰ ਪੰਜਾਬੀ ਦੇ ਵਿੱਚ ਕਾਪੀਆਂ ਦੇ ਕੇ ਵੀ ਆਹ ਸਾਡਾ ਜਿਹੜਾ ਮਤਲਬ ਹੈਗਾ ਆਰਡੀਨੈਂਸ ਆ ਇਸ ਨੂੰ ਪੜ੍ਹੋ ਨਾ ਕਿ ਮਤਲਬ ਉਹਨਾਂ ਨੂੰ ਇਹ ਗੱਲ ਕਿਸੇ ਨੇ ਕਿਸੇ ਵੀ ਮੰਤਰੀ ਨੇ ਕਿਸੇ ਵੀ ਕੋਈ ਜ਼ਿੰਮੇਵਾਰ ਮੰਤਰੀ ਹੁੰਦਾ ਪੀ ਐੱਮ ਨੇ ਦਾ ਕੀ ਆਉਣਾ ਸੀ ਜਿਹੜੇ ਪੰਜਾਬ ਦੇ ਵਿੱਚ ਜਾਂ ਮੰਤਰੀ ਹੋਰ ਇਲੈਕਸ਼ਨਾਂ ਵਿੱਚ ਘੁੰਮ ਰਹੇ ਹੈ ਉਹਨਾਂ ਨੇ ਪੰਜਾਬ ਦਾ ਕੋਈ ਮਸਲਾ ਨਹੀਂ ਸੋਚਿਆ ਕਿਸਾਨਾਂ ਬਾਰੇ ਕਿਸੇ ਬਾਰੇ ਕੋਈ ਸੋਚਿਆ ਨਹੀਂ ਆਮ ਆਦਮੀ ਪਾਰਟੀ ਦੇ ਕਹਿੰਦਾ ਵੀ ਕਾਂਗਰਸ ਦਾ ਅਤੇ ਬੀਜੇਪੀ ਦਾ ਆਹ ਫਿਕਸ ਮੈਚ ਆ ਰਿਹਾ 2022 ਦੀ ਇਲੈਕਸ਼ਨ 2022 'ਚ ਕਾਂਗਰਸ ਆਮ ਆਦਮੀ ਪਾਰਟੀ ਸਰਕਾਰ ਆ ਰਹੀ ਹੈ ਸਿਰਫ ਲੋਕਾਂ ਦਾ ਧਿਆਨ ਬਦਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਪਹਿਲਾਂ ਵੀ ਇਹ ਪਿਛਲੇ ਵਾਰੀ ਵੀ ਇਹ ਕਹਿੰਦੀ ਸਾਡੇ 100 ਸੀਟਾਂ ਆਉਣੀਆਂ 100 ਸੀਟਾਂ ਆਉਣੀਆਂ ਪਰ ਉਹਨਾਂ ਨੂੰ ਇਹ ਭੁੱਲ ਜਾਣਾ ਵੀ ਸੱਤਾ ਤੱਕ ਪਹੁੰਚ ਜਾਣਗੇ ਇਹ ਜਿਹੜੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਝੂਠਾ ਜਿਹੜਾ ਮਤਲਬ ਪ੍ਰਚਾਰ ਕਰਕੇ ਕਿਤੇ ਕਾਂਗਰਸ ਅਤੇ ਬੀਜੇਪੀ ਦਾ ਜਿਹੜੀ ਰਲੀ ਮਿਲੀ ਸਾਜਿਸ਼ ਨੂੰ ਦੱਸ ਕੇ ਜਾਂ ਅਕਾਲੀ ਦਲ ਵੀ ਇਹੀ ਗੱਲ ਕਹੀ ਜਾਂਦਾ ਵੀ ਬੀਜੇਪੀ ਦੇ ਕਾਂਗਰਸ ਦੇ ਜਿਹੜੀ ਰਲੀ ਮਿਲੀ ਭੁਗਤ ਤੇ ਸਵਾਰ ਆ ਮਹਾਰਾਜ ਸਾਹਿਬ ਨੇ ਸੈਸ਼ਨ 19 ਤਰੀਕ ਨੂੰ ਬੁਲਾਇਆ ਕਿਸਾਨਾਂ ਨੂੰ ਉਹਨਾਂ ਦੇ ਵਿੱਚ ਬੁਲਾਇਆ ਉਹ ਜਿਹੜਾ ਮਤਲਬ ਦਿੱਲੀ ਦੇ ਜਿਹੜਾ ਆਰਡੀਨੈਂਸ ਹੋਇਆ ਉਹਨੂੰ ਖਤਮ ਕਰਨ ਵਾਸਤੇ ਇੱਕ ਮਤਲਬ ਸੈਸ਼ਨ ਬੁਲਾ ਕੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਸਾਡੀ ਮਤਲਬ ਇਸ ਨੂੰ ਚੱਲਦਾ ਕਰੇਗੀ।